ਇਦਾਂ ਕਿਉਂ ਹੁੰਦਾ ਹੈ ਕਿ ਜਿਸ ਨੂੰ ਅਸੀਂ ਹੱਦ ਤੋਂ ਜ਼ਿਆਦਾ ਪਿਆਰ ਕਰਦੇ ਆ ਉਸ ਇਨਸਾਨ ਨੂੰ ਅਸੀਂ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਦੇ? ਉਹ ਸ਼ਖਸ ਹਮੇਸ਼ਾ ਸਾਡੀਆਂ ਅੱਖਾਂ ਸਾਹਮਣੇ ਰਹਿੰਦਾ, ਪਰ ਇਦਾਂ ਕਿਉਂ ਲੱਗਦਾ ਜਿੱਦਾਂ ਸਾਡੇ ਤੋਂ ਉਹ ਕੋਸੋਂ ਦੂਰ ਹੋਵੇ? ਮੈਂ ਇੱਕ ਬਿਜ਼ਨਸਮੈਨ ਹਾਂ ਅਤੇ ਵਪਾਰ ਦੀਆਂ ਗੱਲਾਂ ਤਾਂ ਮੈਂ ਬੜੇ ਆਰਾਮ ਨਾਲ ਬਿਨਾਂ ਕਿਸੇ ਡਰ ਤੋਂ ਕਰ ਲੈਂਦਾ, ਪਰ ਇਹ ਪਿਆਰ ਦੀਆਂ ਗੱਲਾਂ ਕਰਨੀਆਂ ਮੈਨੂੰ ਨਹੀਂ ਆਉਂਦੀਆਂ। ਕਾਸ਼ ਕੋਈ ਆਵੇ ਅਤੇ ਮੈਨੂੰ ਪਿਆਰ ਦੀਆਂ ਗੱਲਾਂ ਕਰਨੀਆਂ ਸਿਖਾ ਜਾਵੇ, ਨਹੀਂ ਤਾਂ ਬਸ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸਨੂੰ ਇੱਦਾਂ ਹੀ ਦੇਖਦਾ ਰਹਾਂਗਾ। ਅਤੇ ਇੱਕ ਦਿਨ ਕੋਈ ਬਾਹਰਲਾ ਬੰਦਾ ਆ ਕੇ ਇਸਨੂੰ ਵਿਆਹ ਕੇ ਲੈ ਜਾਵੇਗਾ? ਨਹੀਂ, ਮੈਂ ਇੱਦਾਂ ਨਹੀਂ ਹੋਣ ਦੇ ਸਕਦਾ। ਮੈਂ ਅੱਜ ਹੀ ਜਾਊਂਗਾ ਅਤੇ ਇਸਨੂੰ ਆਪਣੇ ਦਿਲ ਦੀ ਗੱਲ ਦੱਸਾਂਗਾ। ਹਾਂ, ਮੈਂ ਅੱਜ ਹੀ ਦੱਸਾਂਗਾ।